ਜਿੱਥੇ ਮਨ ਚਿਤ ਕਰਕੇ ਗੁਰਬਾਣੀ ਸੁਣ ਰਹੇ ਹੋ, ਕੀਰਤਨ ਸੁਣਿਆ, ਲਾਹਾ ਲੈ ਰਹੇ ਹੋ, ਉੱਥੇ ਬੜਾ ਹੀ ਮੁਕੱਦਸ, ਬੜਾ ਖੁਸ਼ੀ ਭਰਿਆ ਦਿਹਾੜਾ ਹੈ। ਵਾਹਿਗੁਰੂ ਵਿੱਚ ਲੀਨ ਹੋਈਆਂ ਰੂਹਾਂ ਵਾਹਿਗੁਰੂ ਵਿੱਚ ਸਮਾ ਚੁੱਕੀਆਂ, ਭਿੰਨ ਭੇਦ ਖਤਮ ਚੁੱਕੀਆਂ, ਉਹ ਪਾਕ ਨਿਰਮਲ ਆਤਮਾਵਾਂ ਜਿਨ੍ਹਾਂ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਸਿੰਘਾਸਨ 'ਤੇ ਬਿਠਾਉਂਦੇ ਆ, ਅਤੇ ਅਸੀਂ ਸਦੀਵ ਕਾਲ ਵਾਸਤੇ ਜਿਨ੍ਹਾਂ ਨੂੰ ਸਿਰ ਝੁਕਾ ਰਹੇ ਹਾਂ, ਨਮਸਕਾਰ ਕਰ ਰਹੇ ਹਾਂ, ਭਗਤ ਸਾਹਿਬਾਨ, ਭੱਟ ਸਾਹਿਬਾਨ, ਜਿਤਨੇ ਬਾਣੀਕਾਰ ਹਨ, ਉਹਨਾਂ ਵਿੱਚੋਂ ਅੱਜ ਮਹਾਨ ਮਹਾਂਪੁਰਖ ਤੱਤਵੇਤਾ ਬ੍ਰਹਮਲੀਨ ਬਾਬਾ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ, ਆਗਮਨ ਦਿਹਾੜਾ ਹੈ। ਆਪ ਸਭ ਸੰਗਤਾਂ ਨੂੰ ਬਹੁਤ ਮੁਬਾਰਕ ਹੈ। ਸਾਧ ਸੰਗਤ ਮਹਾਨ ਇਸ ਵਾਸਤੇ ਹਨ ਕਿ ਉਹਨਾਂ ਨੇ ਸਿਰਫ ਭਗਤੀ ਨਹੀਂ ਕੀਤੀ, ਭਗਤੀ ਕਰਨੀ ਬਹੁਤ ਵੱਡੀ ਮਹਾਨਤਾ ਹੈ, ਪਰ ਬਾਬਾ ਰਵਿਦਾਸ ਜੀ ਨੇ ਸਿਰਫ ਕੇਵਲ ਭਗਤੀ ਨਹੀਂ ਕੀਤੀ ਸਾਧ ਸੰਗਤ, ਉਹਨਾਂ ਨੇ ਬਹੁਤ ਵੱਡਾ ਇਨਕਲਾਬ, ਬਹੁਤ ਵੱਡਾ ਬਦਲਾਅ, ਬਹੁਤ ਵੱਡੀ ਚੁਣੌਤੀ ਦੇ ਵਿੱਚ ਸੀ ਉਹਨਾਂ ਦਾ ਜੀਵਨ ਸਾਧ ਸੰਗਤ ਹੈ। ਜਦੋਂ ਅਸੀਂ ਉਹਨਾਂ ਹਾਲਾਤਾਂ ਨੂੰ ਵੇਖਾਂਗੇ ਨਾ ਜੀ, ਫਿਰ ਸਾਨੂੰ ਪਤਾ ਲੱਗੇਗਾ ਵੀ ਉਹ ਕਿੱਡੇ ਵੱਡੇ ਮਰਦ ਦਲੇਰ ਸੂਰਮੇ ਸਨ। ਸ਼ਾਇਦ ਸਾਨੂੰ ਸੌਖਾ ਲੱਗਦਾ ਹੋਵੇ ਇਸ ਅਸਥਾਨ 'ਤੇ ਆ ਕੇ ਬੋਲੇ ਸੋ ਨਿਹਾਲ ਦੀਆਂ ਗੂੰਜਾਂ ਪਾਉਣੀਆਂ, ਉਸੇ ਤਰ੍ਹਾਂ ਹੀ ਜਿਵੇਂ ਅੱਜ ਆਪਣੀ ਧਰਤੀ ਦੇ ਵਿੱਚ ਫਸਲ ਬੀਜਣੀ ਸੌਖੀ ਲੱਗਦੀ ਹੈ, ਪਰ ਜਦੋਂ ਕਦੀ ਸਾਡੇ ਪੁਰਖਿਆਂ ਨੇ ਜੰਗਲ ਪੁੱਟ ਪੁੱਟ ਕੇ ਬੀਆਬਾਨ ਨੂੰ ਵੈਰਾਨ ਨੂੰ ਆਬਾਦ ਕਰਕੇ ਬੀਜੀ ਹੋਏਗੀ, ਬਹੁਤ ਵੱਡਾ ਸੰਘਰਸ਼ ਕੀਤਾ ਹੋਏਗਾ। ਅੱਜ ਬੋਲੇ ਸੋ ਨਿਹਾਲ ਬੁਲਾਉਣਾ ਬੜਾ ਸਰਲ ਲੱਗ ਰਿਹਾ, ਪਰ ਜਿੱਦਣ ਇੱਥੇ ਜ਼ੁਲਮ ਦੇ ਹੜ੍ਹ ਦੇ ਅੱਗੇ 9 ਅਤੇ 7 ਸਾਲ ਦੀਆਂ ਜਿੰਦਾਂ ਨੇ ਇਹ ਜਕਾਰਿਆਂ ਦੀ ਗੂੰਜ ਪਾਈ, ਮਹੱਤਵ ਤਾਂ ਉਸ ਦਿਨ ਦਾ ਹੈ। ਜੇ ਉਸ ਦਿਨ ਇਹ ਕਿਰਿਆ ਨਾ ਕੀਤੀ ਹੁੰਦੀ ਤਾਂ ਅੱਜ ਇਹ ਰਿਜ਼ਲਟ ਨਹੀਂ ਸੀ ਨਿਕਲਦੇ। ਬੀਜ ਬੀਜਿਆ ਸੀ ਤਾਂ ਰਿਜ਼ਲਟ ਨਿਕਲ ਰਿਹਾ। ਅੱਜ ਸਾਨੂੰ ਸੌਖਾ, ਅਜੇ ਵੀ ਕੋਈ ਸੌਖਾ ਨਹੀਂ ਹੈ ਸਾਧ ਸੰਗਤ ਜੀ। ਤੁਸੀਂ ਆ ਸਾਡੇ ਕੋਲ ਯੂਪੀ ਇੱਥੇ ਚਲੇ ਜਾਓ, ਬਰਾਦਰੀਵਾਦ, ਜਾਤੀਵਾਦ, ਪਰਛਾਵਾਂ ਨਹੀਂ ਉਲੰਘਿਆ ਜਾਂਦਾ ਇੱਕ ਦੂਜੇ ਦਾ। ਬਹੁਤ ਘਿਨਾਉਣੀ ਵੰਡੀ, ਮੈਂ ਸਮਝਾਂਗਾ ਬਹੁਤ ਘਿਨਾਉਣੀ ਸੋਚ ਜਿਹੜੀ ਧਰਮ ਦੇ ਨਾਂ ਦੇ ਉੱਤੇ ਲੋਕ ਪਰੋਸ ਰਹੇ ਆ ਵੀ ਸਾਡੇ ਧਰਮ ਮੰਦਰ ਦੇ ਅੰਦਰ ਇਹ ਬਰਾਦਰੀ ਨਹੀਂ ਆ ਸਕਦੀ, ਰੱਬ ਦੀ ਭਗਤੀ ਇਹ ਅੱਜ ਵੀ ਹੋ ਰਿਹਾ ਸਾਧ ਸੰਗਤ। ਅੱਜ ਦੇ ਦਿਨ 'ਚ ਦਰਜਣਾ ਉਹ ਸਥਾਨ ਨੇ ਹਿੰਦੁਸਤਾਨ ਦੀ ਧਰਤੀ 'ਤੇ ਜਿੱਥੇ ਲਿਖਤੀ ਰੂਪ ਵਿੱਚ ਲਾਇਆ ਹੋਇਆ ਜਿੱਥੇ ਅਖੌਤੀ ਨੀਵੀਂ ਜਾਤ ਵਾਲਾ ਦਾਖਲ ਨਹੀਂ ਹੋ ਸਕਦਾ। ਅਤੇ ਜਦੋਂ ਅਸੀਂ, ਖਾਸ ਕਰਕੇ ਮੈਂ ਬੇਨਤੀ ਕਰਦਾ, ਗ੍ਰੰਥ ਪੜ੍ਹਦੇ ਹਾਂ, ਸਿਮਰਤੀਆਂ ਪੜ੍ਹਦੇ ਹਾਂ, ਉਹਦੇ ਅੰਦਰ ਤਾਂ ਇੱਥੋਂ ਤੱਕ ਲਿਖਿਆ ਵੀ ਜਿਹੜੀ ਵਰਨ ਵੰਡ ਪਾਈ ਹੈ ਵਕਤ ਦੇ ਪੁਜਾਰੀਆਂ ਨੇ, ਧਰਮ ਦੇ ਨਾਂ ਉੱਤੇ ਧਰਮ ਦੇ ਰਹਿਬਰਾਂ ਨੇ, ਆਗੂਆਂ ਨੇ ਜਿਹੜਾ ਵੰਡਿਆ ਇਨਸਾਨ ਨੂੰ, ਉਹਦੇ ਅਨੁਸਾਰ ਸਭ ਤੋਂ ਸ੍ਰੇਸ਼ਟ, ਮੱਥੇ 'ਚੋਂ ਪੈਦਾ ਹੋਣ ਵਾਲਾ ਸਭ ਤੋਂ ਉੱਚਾ ਬ੍ਰਾਹਮਣ ਹੈ, ਸਭ ਤੋਂ ਨਿਖੇਧ ਪੈਰਾਂ 'ਚੋਂ ਪੈਦਾ ਹੋਣ ਵਾਲਾ ਉਹਨੂੰ ਸ਼ੂਦਰ ਆਖਿਆ। ਕਰਮ ਨਿਰਧਾਰਤ ਕੀਤੇ ਸਾਧ ਸੰਗਤ ਵੀ ਬ੍ਰਾਹਮਣ ਖੱਟ ਕਰਮੀ ਹੋਏਗਾ, ਵਿੱਦਿਆ ਪੜ੍ਹਨੀ, ਵਿੱਦਿਆ ਪੜ੍ਹਾਉਣੀ, ਦਾਨ ਲੈਣਾ ਦੇਣਾ, ਪੂਜਾ ਕਰਨੀ ਕਰਾਉਣੀ, ਕਸ਼ਤਰੀ ਲੜੇ ਭਿੜੇਗਾ, ਵੈਸ਼ ਰੋਜ਼ੀ ਰੋਟੀ ਕਮਾਏਗਾ, ਅਤੇ ਸਭ ਤੋਂ ਨਿਖੇਧ ਸ਼ੂਦਰ ਸਾਰਿਆਂ ਦੀ ਚਾਕਰੀ ਕਰੇਗਾ। ਅਸੂਲ ਲਿਖਤੀ ਬਣਾ ਕੇ ਉਹਨਾਂ ਲਿਖਤਾਂ ਨੂੰ ਧਰਮ ਗ੍ਰੰਥ ਕਹਿ ਕੇ ਮਾਨਤਾ ਦਿੱਤੀ ਗਈ, ਧਰਮ ਗ੍ਰੰਥ
ਵੀ ਆਹ ਹੈ ਨੀਵੀਂ ਕੁੱਲ ਵਾਲਾ, ਨੀਵੀਂ ਬਰਾਦਰੀ ਵਾਲਾ, ਨੀਵੀਂ ਜਾਤ ਵਾਲਾ, ਇਹਦੀ ਜ਼ੁਬਾਨ ਕੱਟ ਦਿਓ। ਜੇ ਧਰਮ ਦੀ ਗੱਲ ਕਰੇ, ਰੱਬ ਦੀ ਗੱਲ ਕਰੇ, ਗਿਆਨ ਦੀ ਗੱਲ ਕਰੇ, ਸੱਚ ਦੀ ਗੱਲ ਕਰੇ, ਇਹਦੀ ਜ਼ੁਬਾਨ ਕੱਟ ਦਿਓ, ਸਿੱਕਾ ਢਾਲ ਕੇ ਪਾ ਦਿਓ ਕੰਨਾਂ 'ਚ, ਜੇ ਕਿਤੇ ਸੁਣ ਲਵੇ। ਇਸ ਸੱਚਾਈ ਤੋਂ ਮੂੰਹ ਨਹੀਂ ਫੇਰ ਸਕਦੇ ਸਾਧ ਸੰਗਤ ਜੀ, ਲਿਖਤਾਂ ਦੇ ਵਿੱਚ ਦਰਜ ਹੈ। ਜਿਹੜੇ ਅਖੌਤੀ ਅੱਜ ਵਾਰਸ ਬਣ ਕੇ ਬੈਠੇ ਨਾ ਇਸ ਦੇਸ਼ ਦੇ, ਉਹਨਾਂ ਦੀਆਂ ਲਿਖਤਾਂ 'ਚ ਸ਼ਾਮਿਲ ਹੈ ਕਿ ਸਭ ਤੋਂ ਵੱਧ ਬੇੜਾ ਗਰਕ ਇਸ ਧਰਤੀ ਦਾ ਕਰਨ ਵਾਲੇ ਉਹ ਲੋਕ ਸਨ, ਜਾਂ ਉਹ ਲੋਕ ਜਿਨ੍ਹਾਂ ਨੇ ਇਹ ਧਰਮ ਸਿਰਜੇ, ਜਿਨ੍ਹਾਂ ਨੇ ਅਸੂਲ ਬਣਾਏ। ਮੈਂ ਪਹਿਲਾਂ ਵੀ ਤੁਹਾਡੇ ਚਰਨਾਂ 'ਚ ਬੇਨਤੀਆਂ ਕੀਤੀਆਂ, ਕਿਉਂਕਿ ਸਾਰਿਆਂ ਨੇ ਇੱਦਾਂ ਉਹ ਗ੍ਰੰਥ ਸਿਮਰਤੀਆਂ ਨਹੀਂ ਪੜ੍ਹੀਆਂ ਹੁੰਦੀਆਂ। ਉਹਦੇ ਵਿੱਚ ਲਿਖਿਆ ਸਾਧ ਸੰਗਤ ਵੀ ਆਹ ਹੈ ਨੀਚ ਜਾਤ ਵਾਲਾ, ਜੇ ਇਹਨੇ ਗਲੀ 'ਚੋਂ ਦੀ ਗੁਜ਼ਰਨਾ ਅਤੇ ਗਲ ਵਿੱਚ ਟੱਲੀ ਪਾ ਕੇ ਗੁਜ਼ਰੇ, ਤਾਂ ਕਿ ਅਗਲੇ ਪਾਸਿਓਂ ਉੱਚੀ ਕੁੱਲ ਵਾਲਾ ਆ ਰਿਹਾ ਅਤੇ ਉਹ ਆਵਾਜ਼ ਸੁਣ ਕੇ ਪਤਾ ਲੱਗ ਜਾਵੇ ਵੀ ਨੀਚ ਜਾਤ ਵਾਲਾ, ਉਹਦਾ ਪਰਛਾਵਾਂ ਨਾ ਪੈ ਜਾਵੇ। ਇਕੱਲਾ ਪਰਛਾਵਾਂ ਹੀ ਨਹੀਂ ਬੁਰਾ, ਜਿਹੜੇ ਰਸਤੇ ਤੋਂ ਦੀ ਗੁਜ਼ਰ ਕੇ ਗਿਆ ਉਹਦੇ ਪੈਰਾਂ ਦੀ ਜਿਹੜੀ ਪੈੜ ਹੈ, ਕਦਮਾਂ ਦੀ ਪੈੜ ਨਿਸ਼ਾਨੀ ਪਈ, ਜਿਹੜੇ ਨਿਸ਼ਾਨ ਲੱਗੇ ਹੋਏ ਆ, ਜੇ ਕਿਤੇ ਉਹਨੂੰ ਵੀ ਉੱਚੀ ਕੁੱਲ ਵਾਲਾ ਲੰਘ ਗਿਆ ਤਾਂ ਸਾਡਾ ਧਰਮ ਪਿੱਟਿਆ ਜਾਣਾ। ਇਸ ਵਾਸਤੇ ਜਦੋਂ ਸ਼ੂਦਰ ਲੰਘੇ ਉਹ ਆਪਣੇ ਪਿੱਛੇ ਰੁੱਖ ਦਾ ਛਾਪਾ ਝਿੱਲੀ ਬੰਨ੍ਹ ਕੇ ਲੰਘੇ, ਤਾਂ ਕਿ ਕਦਮਾਂ ਦੀ ਪੈੜ ਮਿਟ ਜਾਵੇ। ਇੰਨਾ ਅਪਮਾਨਿਤ ਕਰਨਾ ਜਿਉਣ ਦਾ ਹੱਕ ਨਹੀਂ। ਔਰ ਇਹ ਲਿਖਤ ਦੇ ਅੰਦਰ ਲਿਆਂਦਾ ਗਿਆ ਵੀ ਉਹਦੀ ਇੱਜ਼ਤ ਪੱਤ ਸੰਪਤੀ ਧੀ ਪਤਨੀ, ਅਖੌਤੀ ਉੱਚੀ ਕੁੱਲ ਵਾਲਾ ਜਦੋਂ ਮਰਜ਼ੀ ਕਬਜ਼ੇ 'ਚ ਲੈ ਸਕਦਾ। ਉਹਨਾਂ ਹਾਲਾਤਾਂ 'ਚ ਬਨਾਰਸ ਦੀ ਧਰਤੀ 'ਤੇ ਬੈਠ ਕੇ ਇੱਕ ਯੁੱਗ ਪੁਰਸ਼ ਨੇ ਜਨਮ ਲਿਆ, ਕਿੱਡਾ ਵੱਡਾ ਕਮਾਲ ਕਰਕੇ ਦਿਖਾਇਆ ਜੀ। ਔਰ ਉਸ ਵਕਤ ਉਹ ਜਿਸ ਵਕਤ ਨਫ਼ਰਤ ਦੀ ਅੱਗ ਬਾਲਣ ਵਾਲੇ, ਜਿਨ੍ਹਾਂ ਦੀ ਅੱਗ ਦਾ ਸੇਕ ਅੱਜ ਵੀ ਇਸ ਧਰਤੀ ਚੱਲ ਰਹੀ ਹੈ, ਉਸ ਵਕਤ ਏਡੀ ਕਮਾਲ ਦੀ ਸੀਤਲਤਾ, ਸ਼ਾਂਤ, ਕਿਉਂਕਿ ਭਗਤੀ ਦਾ ਪ੍ਰਤਾਪ ਕੈਸਾ ਹੈ। ਉਸੇ ਧਰਤੀ 'ਤੇ ਬੈਠ ਕੇ ਬਾਬਾ ਕਬੀਰ ਐਵੇਂ ਨਹੀਂ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਕਹਿੰਦੇ ਤੂੰ ਨੀਚ, ਤੂੰ ਨੀਚ, ਤੂੰ ਨੀਚ। ਬਾਬਾ ਰਵਿਦਾਸ ਜੀ ਵੀ ਕਹਿੰਦੇ ਕਿ ਮੈਨੂੰ ਚਮਾਰ ਕਹਿ ਕੇ ਭੰਡਣ ਵਾਲੇ ਉਹ ਕਹੋ। ਪਰ ਜੋ ਉਹਨਾਂ ਨੇ ਸੰਸਾਰ 'ਤੇ ਸੂਰਜ ਉਦੇ ਕੀਤਾ ਬਾਣੀ ਰੂਪ ਵਿੱਚ, ਸ਼ਬਦ ਰੂਪ ਵਿੱਚ, ਰੱਬ ਵਿੱਚ ਅਭੇਦ ਹੋ ਕੇ ਜੋ ਉਹਨਾਂ ਨੇ ਸੰਸਾਰ ਦੀ ਝੋਲੀ 'ਚ ਪਾਇਆ, ਅਸੀਂ ਮੱਥਾ ਟੇਕ ਰਹੇ ਹਾਂ। ਜਦੋਂ ਇੱਕ ਪਾਸੇ ਏਡੀ ਵਾਹ ਲੱਗੀ ਹੋਈ ਹੈ, ਤੁਸੀਂ ਹਾਲਾਤ ਵੇਖੋ, ਇਹ ਨਹੀਂ ਕਿ ਜਗਤ ਦੇ ਅੰਦਰ ਉਜਾਗਰ ਨਹੀਂ ਸੀ। ਇੱਕ ਹੁੰਦਾ ਵੀ ਲੋਕਾਂ ਨੂੰ ਪਤਾ ਨਹੀਂ ਵੀ ਇਹ ਕਿੱਡੀ ਵੱਡੀ ਸ਼ਖਸੀਅਤ ਨੇ, ਅਤੇ ਨਿਰਾਦਰ ਕਰਨ ਵਾਲੇ ਕਰੀ ਗਏ। ਜਗਤ ਉੱਤੇ ਉਜਾਗਰ ਸੀ ਕਿ ਬਾਬਾ ਰਵਿਦਾਸ ਜੀ ਬਹੁਤ ਮਹਾਨ ਸ਼ਖਸੀਅਤ ਨੇ, ਤਾਂ ਵੀ ਹੰਕਾਰੀ ਅਤੇ ਨਫ਼ਰਤ ਕਰਨ ਵਾਲੇ, ਕਿਉਂਕਿ ਉਹਨਾਂ ਦੇ ਧਰਮ ਦੇ ਅਸੂਲ ਸੀ ਔਰ ਉਹ ਅੱਜ ਵੀ ਹੈ, ਉਹਨੂੰ ਬਦਲ ਨਹੀਂ ਸਕਦੇ। ਇਹਨਾਂ ਅਖੌਤੀ ਅਸੂਲਾਂ ਨੂੰ ਉਹ ਰੱਦ ਨਹੀਂ ਕਰ ਸਕਦੇ, ਮਜਬੂਰੀ ਹੈ, ਬੇਸ ਹੀ ਇਹੀ ਹੈ ਜਿਹਨੂੰ ਧਰਮ ਕਿਹਾ ਜਾ ਰਿਹਾ। ਇਸ ਲਈ ਪੂਰਨ ਤੌਰ 'ਤੇ ਲੋਕਾਂ 'ਚ ਉਜਾਗਰ ਹੈ ਕਿ ਬਾਬਾ ਰਵਿਦਾਸ ਜੀ ਸਧਾਰਨ ਪੁਰਖ ਨਹੀਂ ਹਨ, ਰੱਬ 'ਚ ਭੇਦ ਨੇ। ਦੁਨੀਆ ਸਨਮਾਨ ਵੀ ਕਰਦੀ ਹੈ, ਉਸ ਵਕਤ ਜਦੋਂ ਸਨਮਾਨ ਇੱਥੋਂ ਤੱਕ ਸੀ ਵੀ ਉਹ ਸ਼ਾਹੀ ਮਹਿਮਾਨ ਬਣ ਕੇ ਜਾਂਦੇ ਚਿਤੌੜਗੜ੍ਹ, ਇੰਨਾ ਸਨਮਾਨ ਜੀ ਕਿ ਕੋਈ ਰਾਜਾ ਮਹਾਰਾਜਾ ਆਪਣੀ ਬਾਦਸ਼ਾਹਤ ਦੇ ਅੰਦਰ ਸਨਮਾਨ ਨਾਲ ਉਹਨਾਂ ਨੂੰ ਭੋਜਨ 'ਤੇ ਬੁਲਾ ਰਿਹਾ ਹੋਵੇ। ਚਿਤੌੜਗੜ੍ਹ ਦੇ ਰਾਜੇ ਦੀ ਰਾਣਾ ਸਾਂਘਾ ਇਹਦਾ ਨਾਂ ਸੀ, ਇਹਦੀ ਪਤਨੀ ਹੈ ਝਾਲਾਂ ਬਾਈ, ਉਹ ਬਾਬਾ ਰਵਿਦਾਸ ਜੀ ਨੂੰ ਬੁਲਾਉਂਦੀ ਘਰ। ਬਹੁਤ ਮੁਰੀਦ ਹੈ, ਬਹੁਤ ਪ੍ਰਭਾਵਿਤ ਹੈ, ਉਹ ਤਾਂ ਕੁਦਰਤੀ ਸੀ ਨਾ ਜੀ। ਹੁਣ ਜਿਹੜੇ ਸ਼ਬਦ ਅੱਜ ਸਾਨੂੰ ਸੀਤਲਤਾ ਦੇ ਰਹੇ ਹੈ, ਸ਼ਾਂਤ ਕਰ ਰਹੇ ਆ, ਉਦੋਂ ਵੀ ਤਾਂ ਹਿਰਦੇ ਠੰਡੇ ਹੁੰਦੇ ਸੀ। ਬਹੁਤ ਅਦਬ ਸਨਮਾਨ ਰੱਬ ਦਾ ਰੂਪ ਜਾਣ ਕੇ, ਰੱਬ ਜਾਣ ਕੇ ਜੀ ਘਰ ਬੁਲਾਇਆ, ਭੋਜਨ ਸਭ ਨੂੰ ਸੱਦਾ ਦਿੱਤਾ,
भोजन छकन बैठियां नूं पंगत विच्चों कतार विच्चों धर्म दे असूल जिन्हों आखदे सी वह पालन करन वालिया ने मर्यादा पुरशोत्मा ने इस रब नूं उठा दिता कहिंदे ना ये नीच है इहदे बराबर बैठ के असी नहीं खा सकते। ये नहीं क्या कि असी पासे हो जाने कहिंदे नहीं ये नीच है ये उठेगा इनू कहिंदे सी निरादर दी शिखर। जिस वक्त भगत भगत जग वज्जिया उस वक्त भी और अज भी इदां ही है साध संगत क्योंकि जिन्हां लोकां दी बुनियाद यह है जिन्हां जिहड़े इनू धर्म कह रहे हैं ना असूलों नूं किवें बदल सकते हैं बेचारे पल्ले की रह जाएगा फिर जे बदलणगे उत्थे ते शंबूक वर्गे रिखी कतल होने ही हन क्योंकि वो इतिहास मिथिहास वो कहानियां किवें बदलणगे जी। भाई साहब जी ने बचन लिखे महाराज ने बाणी च ना बचन किया भगतां नूं जम जोह ना साकै काल ना नेड़ा आए। कौन कुछ विगाड़ सकता जी भगतां दा तो भाई साहब जी का बचन बड़ी आपां सांझा करदे हुंदे हर वारी भगत भगत जग वज्जिया चौं चक्कां दे विच चमरेटा उत्तर दक्षण पूर्व पछम कला बनारस विच नहीं चौं चक्कां चौं कुंटी सब पासे भगत भगत होण लगी धन बाबा रविदास धन बाबा रविदास गुंजां पईआं साध संगत उन्हां दी सोभा जुग जुग होवे कोई ना मेटन हारा। उस तत्ते झोली च पैनी सी साध संगत जी सुते सेधी पैनी सी पर बहुत सारे वो सन जिन्हां नूं उस तत्त पौंदी नहीं सी क्योंकि नीह इदां दी है। पाणा गंडे राह विच पनही जुत्तियां जुत्तियां नूं गंढणा मरे हुए पशु ढोने कुल्ला धर्म खानदानी कुल दा जिहड़ा किता सी जिहड़ी किरत सी मुढ कदीम तो खानदानी जिहड़ी किरत सी मरे हुए पशु लिया के खल ला के कुट के सुका के जुत्तियां बना के वेचलियां कुल्ला धर्म ढोए ढोर समेटा ढोर मरे हुए पशुआं नूं ढोना। तो भाई साहब जी कहिंदे वेखो उन्हां दे हाथ जदों दर्शन कर आउंदे ने सानूं भाई साहब जी बाबा रविदास जी दे भाई गुरदास जी वो कहिंदे कुदरती है भी मरे हुए पशु ढोण वाले दे हाथ कपड़े वो हुण एक पासे बनारस विच गल साढ़े त्रै धोतियां तेरे पाए ने तग वड्डियां वड्डियां जपमालियां वाले मत्थे टिक्का तेड़ धोती कखाई कखाई धोती चीरवीं धोती बंधनी ते इह पहचान हुंदी सी भी इह बड़ा धार्मिक पुरख है चीरवीं धोती एक वखरा पहरावा हाथ छुरी जगत कसाई। एक पासे ते वो लोग सी जिन्हां दे कोल कखाई धोती है जिन्हां दे कोल जप माली है एक पासे बाबा रविदास जी ने कपड़े मैले कुचैले ने मरे पशु ढोरे ने हाथ कुदरती है जी। भाई साहब कहिंदे ज्यों कर मैले चीथड़े चीथड़े दा अर्थ है फटे पुराने कपड़े मैले कुचैले कपड़े लीरां होए कपड़े ते बाबा रविदास जी वो चीज़ ने भी जिवें मैले चीथड़िया नूं हीरे च लपेटिया मैले चीथड़िया विच हीरा लपेटिया हुंदा ज्यों कर मैले चीथड़े हीरा लाल अमोल पलेटा उन्हां कोल है ही हीरे ने साध संगत जी। बाबा रविदास जी ने दस्या बाबा कबीर साहब मोर ला के दसते कहिंदे बाबा रविदास जी ने सुनेहा दिता सी संसार दे लोको भी हीरे तुहाडी झोली च भी पै सकदे आ पर आन की आस नहीं रखनी आन की आस मतलब किसी होर दी टेक उन्हां दा भरोसा सिरक केवल परमेश्वर उत्ते है। हर स्यों हीरा छाड़ कै करै आन की आस ते नर दोजक जाएंगे सत पाख है रविदास।
बाबा कबीर जी ने बचन उचारिया, कहिंदे सुनो रविदास जी का उपदेश, आन की आस नहीं रखनी, मता दूजियां दे प्रभाव थले। हुण ओ महान क्यों ने, उन्होंने एक वाहिगुरु परमेश्वर नूं आराध्या पाया, समा गए, मंजिल तक पहुँच गए, आ चवर झुल रहा उन्होंने सीस उत्ते। तो जिहड़े आन की आस वाले साध संगत जी, फिर महानता हुंदी। ये सत बाबा रविदास जी ने जगत नूं सुनाया, तो उन्होंने कोल सब तो वड्डा गहना की है, जात अभिमानी, कर्म कांडी, वेस दा, भेस दा, मत्थे तिलक दा, मंदरां च बैठन दा, गंगा च चुब्बियां लाउण दा, किन्ना हंकार चुकी फिरदे आ, ते सब कहिंदे भी इह नीच। ते बाबा रविदास जी अपने बारे कहिंदे, हम सर दीन दयाल ना तुम सर, मेरे वर्गा निमाणा निताणा कोई नहीं, ऐसी लाल तुझ बिन कौन करै, गरीब निवाज। जे मैं दीन हाँ, मैं निमाणा हाँ, मैं गरीब हाँ, तो तू गरीब निवाज है, किन्ना माण है जी। उस परवाह नहीं ना करते संसार की, वह कहते नीच है नीच है, साढ़े ना रोटी ना खाए। तो गुरु साहब बाबा रविदास जी कहते, सच्चे पातशाह इतने बैठे श्री गुरु ग्रंथ साहब जी अंदर बोलते, कहते वेखो गरीब निवाज गसाइया मेरा माथा छतर, छतर तो शहनशाह सिर पर हुंदा, वड्डियां दे परम पदवी वाले दे सिर पर हुंदा। ये गरीब निवाजी है, हम सर दीन दयाल ना तुम सर, माथा छतर तर है। और बड़े कमाल इन शब्दां दी वेदना नू समझो, पीड़ा नू समझो। कहिंदे ओ मालका, जिदी शो तो ये हंकारी डरदे सी भी शो गया रविदास ते साडा रहना कख नहीं, जां कि शोत जगत को लग गया, ते जे उन्हां ते तरस करदा दया करदा तां पर तू ही डरै, नीचे ऊच करे मेरा गोबिंद, काहू ते ना डरै, ऐसी लाल तुझ बिन कौन करै, तेरे तो बिना कौन है पातशाह जी जिहड़ा नीचा तो ऊच कर दे। इसलिए हम सर दीन दयाल ना तुम सर, अब पतियार क्या कीजै, बचनी तोर मोर मन मन है। वेखो अरदास कैसी है, कमिटमेंट कैसी है, भी हे मालका ये सारा जीवन तेरे बचना नू परनाया जावे। जन को पूर्ण दीजै, हों बल बल जाऊं रमैया कारने, कुर्बान जावा कारण कवन अबोल। दावा ते वेखो भगत साहबाना दा कि हे मालक जी क्यों नहीं बोलता मेरे नाल, जन्म तुम्हारे लेखे, यह जन्म तुम्हारे लेखे, जन्म तुम्हारे लेखे, जन्म तुम्हारे लेखे, कह रविदास आस लग जीवा, 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 चिर भयो दर्शन देखे जन्म तुम्हारे लेखे, जन्म तुम्हारे लेखे, जन्म तुम्हारे लेखे, भगत भगत जग वज्या, चौं चक्कां दे विच चिमरेटा, पाना गंडे राह विच कुल्ला धर्म टोए ढोर समेटा,
ज्यों कर मैले चीथड़े हीरा लाल अमोल पलेटा हम सरदीन। ऐसी लाल तुझ बिन कौन करे, चीथड़िया दे विच हीरा लपेटिया होया। चौं वरना उपदेश दा वेखो, बाबा जी नाल नफरत करन वाले किन्ने ने, जिन्हां दा धर्म सिखा रहा भी तुसी नफरत करनी है, पर जदों वह मत देंदे, जदों रब च लीन होके उपदेश देंदे, जदों वह रब्बी बाणी का प्रकाश करते, तो किसी नाल नफरत नहीं करते, किसी नाल वित यही तो दुनिया तो वक्खरा पत्ता। नहीं तो महाराज ने कहा भगतां की चाल निराली, संसार वर्गी नहीं है सात संगत जी, दुनिया वर्गी चाल नहीं है, चाला निराली भगतां केरी बिखम। औखी बड़ी है, औखी क्यों है, औखी घाटी क्यों क्या इनू, क्योंकि संसार तो विपरीत चलना है ना, इस वास्ते उल्टी चलना औखा होंदा, उल्टी दिशा में चलना औखा होंदा। हड़ सारे का सारा वहन एक पासे जा रहा, तो बिखम तो है ही है जे संसार तो विपरीत चलना, बिखम मार्ग चलना। लब लोभ अहंकार ताज तृष्णा बहुत ना ही बोलना, किन्ना सहज किन्ना टिकाओ है। भगतां विच आप वरतदा हर जी, भगती हूं तू जाता। मेरे वाहिगुरु जी, तुसी आप भगतां दे अंदर बैठे हुए हो। असल च भगतां दा हिरदा ही इन्ना शुद्ध है, इन्ना पाक है, भगत आप एक तीर्थ है जी, भगत आप एक मंदिर है, भगत का हिरदा आप सचखंड है जिथे निरंकार वस रहा। ते तेनू भगती तो बिना किन्ना ने जानिया पातशाह। ज्यों कर मैले चीथड़े हीरा लाल अमोल पलेटा, चौं वरना उपदेश दा ज्ञान ध्यान कर भगत सहेटा। ये कुछ करते सी जी वो बैठ के बनारस विच, सारिआं नूं रब्बी उपदेश दिंदे, आप किरत करदे। भगती दा तरीका वेखो, पंचम पातशाह जी ने कहा ना भी ये सारे भगत रोल माडल ने जिन्हां वल वेख के भगत बनिया जा सकदा है, उन्हां दे राह ते तुरिया जा सकदा है, उन्हां दे कदम चिन्हां ते तुर सकदे हां असीं। गोबिंद 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 संग नाम दिओ मन लीना, आड़ दाम को शिपरो होयो लखीना, बुनना तन्ना त्याग कै प्रीत चरण कबीरा, नीच कुला जुलाहरा भयो गुणी गहीरा, रविदास टवंता ढोर नीत तिन त्यागी माया, प्रगट हुआ साध संग हर दर्शन पाया, सैन नाई बुतकारिया घर घर सुनिया, हिरदय वस्या पार ब्रह्म भगतां मैं गणिया, ए बिद सुन कै जट रोठ भगती लागा, मिलै प्रतख गसाइया धन्ना वडभागा। कोई मरे पशु ढो रहा, कोई नाई सी लोगों के घरें काम कर रहा, निके निके काम कर देने, सैन नाई बुतकारिया जद्दी पुश्ती कर्म सी। भगतां दी सदा तू रखदा हर जी, और तुर तू रखदा आया, ये बिरद है जी। तो करिश्मा होया वो बैठे अपना कर्म कर रहे है, कर्म है किरत करनी, सच्ची सुची निर्मल किरत करनी। इन्ना संतोख है ना जी, जो असी बाबा जी का जीवन पढ़ांगे, इन्ना सबर इन्ना सहज इन्ना संतोख है। जिक्र होंदा साखी होंदी है कि सेवा भावना वेख के, प्यार वेख के, हिरदे की कोमलता वेख के, परउपकार वेख के, कोई रब्बी कला वरती जी, परमेश्वर ने भेजता किसी को, कला तो आप ही वरता। कखां दी कुली है जिंदगी उहदे च बसर करदे आ, और बड़े सबर ते संतोख रब दे शिकवियां च नहीं जिंदे, रब दे शुकर च जिंदे। पशु ढोने वेखो रब नाल एक मिक ने, ते शिकवे नहीं भी मैनू की दिता, मैं इन्नी भगती की, शुकर है। वाहिगुरु ने आप कला वरताई, कोई ऐसी भी वो अपने ही सारा वरतारा वरत रहा ना, तो कोई आई शख्सियत रब की भेजी, नेकी वेखी, पर उपकार वेख्या, कोमल हिरदा वेख्या, सच्ची सुची बिरती वेखी, रब्बी गुण वेखे, दुखां दे लोकां दे दुख वंडांदे वेख्या,
बड़ी टहल की, सेवा की, संगत की। तो जो ये रूह जान लगी, ये पुरख कोई जान लगा, उन्हें कपड़े च लपेटी हुई एक वस्तु दिती, कहन लगे लो रविदास जी दौलत की कमी नहीं रहेगी, सिक्कियां की गल छड्डो, चांदी की बात छड्डो, सोने के अंबार लग जाएंगे, पारस है इनू रख लो। तो बाबा रविदास जी कहते मैं ये की करना है, जिन्हों को हर स्यों हीरा होए उन्होंने किस खजाने की जरूरत है जी, आन की आस क्यों रखे जे हर स्यों हीरा कोल है। हीरा हाथ चढ़िया निर्मोलक छूट गई संसारी। फिर उन्होंने कहा नहीं रखो, कहते नहीं जरूरत नहीं, कहते कि सुख साधन सुविधा पदार्थ ये लै लो, ये खजाना है। बाबा जी कहते जरूरत नहीं। सुनेहा यह अगों मिलया, कहन लगे जे अपने लिए नहीं तो लोगों वास्ते सेवा सी, कोई चंगे कमरिया च रहेगा, चंगा भोजन खाएगा, सेवा कर दियो लै लो। बाबा रविदास जी कहन लगे नहीं, सेवा वो जिहड़ी अपनी किरत नाल होवे। इस शख्स ने जांदियां मजबूर किया, कहन लगे नहीं मैं जरूर दे के जावांगा। कंध दे आले विच कच्चियां कंधां मिट्टी दियां विच एक डूंगा टोआ रखे, उन्हूं आला कहिंदे सी, उत्थे रख दिता, आपे वरत लोगे। वक्त गुजरिया, वरे गुजरे, तो लिखिया साखीकारा ने कहिंदे भी ये शख्सियत वापस आई, तो सोचता हुंदा भी उत्थे ते सोने दे महल बने होणगे, जिन्हां कोल ऐसा जादू आ जाए भी वह हजारां करोड़ां टन सोना बना सकन, पता नहीं किन्नी क संपत्ति होएगी, किदां दी उत्थे आश्रम होएगा, किदां दी सेवा हुंदी होएगी। सोचदा तुरिया हुंदा ते जदों नेड़े आ के वेखदा उही सारा कुछ, कखां दी कुल्ली पाणा गंढे राह विच कुल्ला धर्म ढोर समेटा, ज्यों कर मैले चीथड़े हीरा लाल अमोल पलेटा, चौं वरना उपदेश दा ज्ञान ध्यान कर भगत सहेटा। जो उन्हां कोल सी ओह वंडदे सी, उन्हां कोल की सी ज्ञान ध्यान, दौलत वंडदे मन लो, पदार्थ वंडदे, चंगे भोजन स्वादी वंडे जा सकते सी, पर वह वक्ती सुख देने वाले सी। बाबा रविदास जी इसलिए महान ने, उन्होंने दुनिया नू दुनिया नू जिंदगी का ज्ञान वंडिया। अज भी असी उन्हां दा ज्ञान लै रहे हैं, मत्था टेक रहे हैं। तो वह शख्स तुरिया हुंदा सोचदा पता नहीं की मैल होणगे, उवें ही सारा कुछ सबर संतोख नाल बैठे है। भगत की जिंदगी का सब तो वड्डा गहना है सबर सहज। तो आके पुछदा हैरान होकर, मैं तुहानू पारस देख के गया सी, चीक के पुछदा हैरान हुंदा भी वरतों ही नहीं कीती, कित्थे आ ओ। बाबा रविदास जी कहिंदे मैनू नहीं पता, जिथे रख गया सी वेख लै उत्थे होएगा। जिन्हां ने तकिया नहीं साध संगत जी, कितनी सबर वाली बिरती होएगी। ज्ञान ध्यान चौं वरना उपदेशता, ज्ञान ध्यान कर भगत सहेटा। तो उत्थे करिश्मा होया, एक दिन एक संघ आया, समूह आया। संघ कहिंदे सी लोकां दे एक समूह नूं, अज भी ना डेरा बाबा नानक गुरु नानक हजूर का चोला उत्थे, जिहड़ा जिहदे ते कुरान दीआं आयतां लिखीआं होईआं। मुसलमान प्रेमियां ने अरब दे जदों महाराज मक्के वल गए सी ते उन्होंने भेट कीता सी सतगुरु जी, तो पवित्र कुरान दीआं आयतां, यही तो महाराज की विशेषता सात संगत, सतगुरु जी तन ते पहनदे सी, ते वह पवित्र चोला डेरा बाबा नानक साहब उत्थे सुशोभित है। वह दर्शन होंदे आ, बहुत वड्डा मेला भरदा सतगुरां दी याद विच। ते हुशियारपुर तो एक काफिला हर वरे बड़ा वड्डा काफिला तुरदा पैदल, हुण उत्थों तक जांदियां बहुत संगत हो जांदी, उहनूं संघ कहिंदे। संघ दा चलना मतलब सारिया ने इकट्ठे होके चलना। तो इत्थे भाई साहब ने शब्द वरत्या, नावण आया संघ मिल, सारा संघ इकट्ठा होके इशनान कर लो। कि आउंदे सी गंगा ते नहाउण वास्ते, डिठा चलत अचरज अमेटा। बड़ी अजीब घटना हुई जी उत्थे, कड कसीरा सौंपिया रविदासा गंगा दी भेटा। कहिंदे कित्थे चलो जी, असीं ते गंगा ते चले आ, तुसीं नहीं जांदे। बाबा जी कहिंदे नहीं सानू जरूरत नहीं। ते कुछ ने यह भी कहा होएगा भी ये नीच जात दे ने, जा नहीं सकते,
ਜਿਵੇਂ ਉਹ ਕਹਿੰਦੇ ਸੀ, ਜਿੱਦਾਂ ਦੀ ਬਿਰਤੀ, ਜਿੱਦਾਂ ਦੀ ਸ਼ਬਦਾਵਲੀ ਵਰਤਦੇ ਸੀ। ਤੋ ਕੱਢ ਕਸੀਰਾ ਸੌਂਪਿਆ, ਇੱਕ ਕੌਡੀ ਇੱਕ ਦਮੜਾ, ਮਤਲਬ ਛੋਟੀ ਜਿਹੀ ਭੇਟਾ, ਸਭ ਤੋਂ ਨਿਗੂਣੀ। ਕਹਿਣ ਲੱਗਿਆ ਲਓ ਸਾਡੀ ਵੀ ਇਹਨਾਂ, ਤੁਸੀਂ ਬੜੇ ਸ਼ਰਧਾ ਨਾਲ ਤੀਰਥ 'ਤੇ ਚੱਲਿਓ, ਸਾਡੀ ਵੀ ਉੱਥੇ ਸੇਵਾ 'ਚ ਲਾ ਦਿਓ। ਰਵਿਦਾਸ ਹੈ ਗੰਗਾ ਦੀ ਭੇਟਾ, ਤੁਰ ਭੇਜੀ ਤੁਰੇ ਜਾਂਦੇ ਹੈ। ਲੱਗਾ ਪੁਰਬ ਅਭੀਸ ਦਾ, ਡਿੱਠਾ ਚਲਤ ਅਚਰਜ ਅਮੇਟਾ। ਅਭੀਸ ਦਾ ਪੁਰਬ ਮੇਲਾ ਲੱਗਿਆ ਹੋਇਆ ਅਤੇ ਬੜਾ ਕਮਾਲ ਕੌਤਕ ਹੋਇਆ ਵੀ ਲਇਆ ਕਸੀਰਾ ਹੱਥ ਕੱਢ, ਸੂਤ ਏਕ ਜਿਉਂ ਤਾਣਾ ਪੇਟਾ। ਲਇਆ ਕਸੀਰਾ, ਹੁਣ ਵਾਹਿਗੁਰੂ ਜੀ ਦੀ ਕਲਾ ਵਰਤੀ, ਜਿਨ੍ਹਾਂ ਨੂੰ ਦੁਨੀਆ ਇਸ਼ਟ ਮੰਨਦੀ, ਸਿਰ ਝੁਕਾਉਂਦੀ, ਰੱਬ ਦੇ ਦੀਦਾਰ ਲੋਚਦੀ, ਉਹ ਰੱਬ ਭਗਤਾਂ ਦਾ ਸਨਮਾਨ ਕਰਦਾ। ਕਹਿੰਦੇ ਜੀ ਆਪ ਭੇਟਾ ਬਾਬਾ ਰਵਿਦਾਸ ਜੀ ਦੀ ਰੱਬੀ ਦੈਵੀ ਸ਼ਕਤੀ ਨੇ ਪ੍ਰਵਾਨ ਕੀਤੀ। ਦੁਨੀਆ ਨੇ ਹੈਰਾਨ ਹੋ ਕੇ ਤੱਕਿਆ, ਜਿਹੜਾ ਸੰਸਾਰ ਦੇ ਅੰਦਰ ਇਹਨੂੰ ਹੁਣ ਇਸ ਰਮਜ ਨੂੰ ਸਮਝਣ ਦਾ ਯਤਨ ਕਰਨਾ ਨਾ ਜੀ। ਬਾਬਾ ਰਵਿਦਾਸ ਜੀ ਕਿਸੇ ਨਦੀ ਦੇ ਉਪਾਸ਼ਕ ਨਹੀਂ ਹਨ, ਉਹ ਸਾਨੂੰ ਕਹਿੰਦੇ ਆ ਵੀ ਆਣ ਕੀ ਆਸ ਨਹੀਂ ਰੱਖਣੀ। ਪਰ ਸੰਸਾਰ ਨੇ ਚਲਤ ਕੀ ਵੇਖਿਆ, ਜਿਹਨੂੰ ਬਾਬਾ ਕਬੀਰ ਕਹਿੰਦੇ ਆ ਤੀਰਥ ਵੱਡਾ ਕਿ ਹਰ ਕਾ ਦਾਸ, ਰੱਬ ਦੇ ਪਿਆਰੇ ਵੱਡੇ ਆ। ਤੋ ਭਾਈ ਸਾਹਿਬ ਜੀ ਨੇ ਸਾਰੀ ਗਾਥਾ ਸੁਣਾ ਕੇ ਨਾ ਜਿਹੜਾ ਤੱਤ ਕੱਢਿਆ, ਭਗਤ ਜਨਾ ਹਰ ਮਾਂ ਪਿਓ ਬੇਟਾ। ਭਗਤ ਪਰਮੇਸ਼ਰ ਨਾਲ ਇੱਦਾਂ ਇੱਕਮਿੱਕ ਹੁੰਦੇ ਆ, ਇੱਦਾਂ ਨਾਤਾ ਹੁੰਦਾ ਜਿਵੇਂ ਮਾਪਿਆਂ ਦਾ ਆਪਣੀ ਔਲਾਦ ਨਾਲ ਹੁੰਦਾ, ਸਨੇਹ ਹੁੰਦਾ, ਅੱਗੋਂ ਵਾਲੀ ਭੱਜ ਕੇ ਮਿਲਦੇ ਨੇ। ਇਸ ਵਾਸਤੇ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਇਸ ਲਈ ਸਾਧ ਸੰਗਤ ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਨੀਵੇਂ 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 ਕਹਿਣ ਵਾਲੇ ਉਹ ਸੰਸਾਰ 'ਤੇ ਮਿਟ ਗਏ, ਅਤੇ ਨੀਚੈ ਊਚ ਕਰੇ ਮੇਰਾ ਗੋਬਿੰਦ, ਕਾਹੂੰ 'ਤੇ ਨਾ ਡਰ ਹੈ। ਜਦੋਂ 41 ਸ਼ਬਦ ਬਾਬਾ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਅਤੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਇੱਕ ਵਿਸਮਾਦੀ ਅਨੁਭਵ ਹੈ ਨਾ ਜੀ, ਉਹ ਸ਼ਬਦਾਂ ਦੇ ਅੰਦਰ ਇੱਕ ਵੱਖਰਾ ਆਨੰਦ ਹੈ। ਕਿਉਂਕਿ ਜਿਹੜੀ ਜਦੋਂ ਰੱਬ ਵਿੱਚ ਲੀਨ ਹੋਏ, ਅਭੇਦ ਹੋਏ, ਇੱਕਮਿੱਕ ਹੋਏ, ਅਤੇ ਜਿਹਨਾਂ ਨੂੰ ਸੰਸਾਰ ਕਹਿੰਦਾ ਸੀ ਨੀਵਾਂ, ਮਹਾਰਾਜ ਨੇ ਸਿੰਘਾਸਨ 'ਤੇ ਬਿਠਾਇਆ, ਹਰਿਮੰਦਰ ਸਾਹਿਬ ਬਿਠਾਇਆ, ਕਿੱਡੀ ਵੱਡੀ ਕਮਾਲ ਦੀ ਕਰਾਮਾਤ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਅੱਜ ਫਿਰ ਮੈਂ ਅਰਜ਼ ਕਰਦਾ ਹੁੰਦਾ ਹਰ ਥਾਂ 'ਤੇ ਵੀ ਬੜੀਆਂ ਸ਼ੈਤਾਨੀ ਤਾਕਤਾਂ ਜਿਹੜੀਆਂ ਇਸ ਸਨਮਾਨ ਨੂੰ ਘਟਾਉਣਾ ਚਾਹੁੰਦੀਆਂ, ਜਿਹੜਾ ਸਨਮਾਨ, ਜਿਹੜਾ ਅਦਬ ਰੱਬ ਹੋ ਕੇ ਇਸ ਸਾਗਰ ਵਿੱਚ ਲੀਨ ਹੋ ਕੇ, ਗੁਰਸਾਗਰ ਵਿੱਚ ਸਮਾ ਕੇ ਇੱਕਮਿੱਕ ਹੋ ਕੇ ਜਿਹੜਾ ਸਨਮਾਨ ਮਿਲਿਆ ਨਾ, ਉਹਨੂੰ ਕੁਝ ਲੋਕ ਘਟਾਉਣਾ ਚਾਹੁੰਦੇ, ਜਿਹੜੇ ਕਹਿੰਦੇ ਜੀ ਨਹੀਂ ਅਸੀਂ ਤਾਂ ਬਾਬਾ ਜੀ ਨੂੰ ਵੱਖ ਕਰਨਾ। ਉਹ ਸਨਮਾਨ ਨਹੀਂ ਵਧਾ ਰਹੇ, ਉਹ ਸਨਮਾਨ ਘਟਾ ਰਹੇ ਨੇ ਸਾਧ ਸੰਗਤ। ਸੋ ਹਰਿਮੰਦਰ ਸਾਹਿਬ ਦੇ ਸਿੰਘਾਸਨ 'ਤੇ ਉਹ ਪਵਿੱਤਰ ਸ਼ਬਦ ਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰ ਨੇ ਇਕੱਤਰ ਕੀਤੀ, ਸਾਰੀ ਬਾਣੀ ਲਿਆ ਕੇ ਸੱਚੇ ਪਾਤਸ਼ਾਹ ਹਜ਼ੂਰ ਨੇ ਧੰਨ ਪੀੜ੍ਹੀ ਦਰ ਪੀੜ੍ਹੀ ਅੱਗੇ ਗੁਰੂ ਸਾਹਿਬਾਨਾਂ ਨੂੰ ਸੌਂਪੀ। ਅਤੇ ਜਿਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਰਜ ਹੋਏ, ਇਹਦੇ ਤੋਂ ਵੱਡਾ ਕ੍ਰਿਸ਼ਮਾ ਕੀ ਹੋਣਾ। ਜਿਨ੍ਹਾਂ ਨੂੰ ਅਖੌਤੀ ਧਰਮ ਦੇ ਆਗੂਆਂ ਨੇ ਮੰਦਰਾਂ ਵਿੱਚ ਕੋਲੋਂ ਦੀ ਨਹੀਂ ਲੰਘਣ ਦਿੱਤਾ, ਰੱਬੀ ਘਰ ਦੇ ਅੰਦਰ ਹਰਿਮੰਦਰ ਦੇ ਅੰਦਰ ਉਹਨਾਂ ਨੂੰ ਸਿੰਘਾਸਨ 'ਤੇ ਬਿਠਾ ਕੇ, ਅਤੇ ਸਾਰੀ ਮਨੁੱਖਤਾ ਨੇ ਸਿਰ ਝੁਕਾਇਆ ਸਾਧ ਸੰਗਤ, ਅਸੀਂ ਸੇਧ ਲੈਂਦੇ, ਅਗਵਾਈ ਲੈਂਦੇ, ਅਸੀਂ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਦੇ ਸ਼ਬਦ ਦੇ ਚਾਨਣ ਵਿੱਚ ਜੂਣ ਦਾ ਯਤਨ ਕਰਦੇ ਹਾਂ। ਇੱਕ ਇੱਕ ਅੱਖਰ ਜਦੋਂ ਅਸੀਂ ਬਾਣੀ ਦਾ ਪੜ੍ਹਦੇ ਹਾਂ, ਜਿਸ ਰੰਗ ਵਿੱਚ ਉਹ ਰੰਗੇ ਹੋਏ ਨੇ, ਉਸੇ ਰੰਗ ਵਿੱਚ ਪੜ੍ਹਨ ਵਾਲਾ ਰੰਗਿਆ ਜਾਂਦਾ ਹੈ, ਜੀਉਣ ਵਾਲਾ ਰੰਗਿਆ ਜਾਂਦਾ ਹੈ। ਸੋ ਜਗਤ ਦੇ ਉੱਤੇ ਭਗਤ ਭਗਤ ਹੋਇਆ, ਜੈ ਜੈਕਾਰ ਹੋਈ ਉਸ ਵਕਤ। ਸਾਧ ਸੰਗਤ ਜੀ, ਸਭ ਤੋਂ ਵੱਡੀ ਚੁਣੌਤੀ ਜਿਹੜੀ ਹੈ ਉਹ ਅੱਜ ਵੀ ਸਾਡੇ ਸਾਹਮਣੇ ਖੜੀ ਹੈ, ਘਨਾਉਣੀ ਜਿਹੜੀ ਸਭ, ਜਿਹਨੂੰ ਅਸੀਂ ਮੂਲੋਂ ਜੜ੍ਹਾਂ ਤੋਂ ਪੁੱਟਣਾ ਸੀ। ਗੁਰੂ ਸਾਹਿਬ ਜੀ ਨੇ ਜਿਹਨੂੰ ਜੜ੍ਹਾਂ ਤੋਂ ਪੁੱਟਿਆ, ਜਾਤੀਵਾਦ, ਬਰਾਤਰੀ, ਬਰਾਦਰੀਵਾਦ, ਵੀ ਇਹ ਇਸ ਕੁੱਲ 'ਚ ਪੈਦਾ ਹੋਇਆ ਇਹ ਉੱਚਾ ਹੀ ਰਹੇਗਾ, ਇਸ ਕੁੱਲ 'ਚ ਪੈਦਾ ਹੋਇਆ ਇਹ ਨੀਵਾਂ ਹੀ ਰਹੇਗਾ। ਸਾਨੂੰ ਗੁਰੂ ਸਾਹਿਬ ਨੇ ਕਿਹਾ ਨਹੀਂ, ਜਨਮ ਨੂੰ ਕਿਸੇ ਨਹੀਂ ਪੁੱਛਣਾ ਵੀ ਕਿਹਦੇ ਘਰ ਹੋਇਆ, ਜਾਤ ਨੂੰ ਕਿਸੇ ਨੇ ਨਹੀਂ ਪੁੱਛਣਾ ਵੀ ਕਿਹੜੀ ਹੈ ਤੇਰੀ, ਕਿਹੜੀ ਬਰਾਦਰੀ ਹੈ, ਤੇਰੇ ਕਰਮ ਨੂੰ ਪੁੱਛਣਾ। ਅਤੇ ਕਰਮ ਵੀ ਸਿਰਫ ਉਹ ਨਹੀਂ ਵੱਡਾ ਵੀ ਅਸੀਂ ਅਡੰਬਰ ਕੀਤਾ, ਮਾਲਾ ਫੜੀ, ਪਹਿਰਾਵਾ ਪਹਿਨਿਆ,
किसी खास जगह ते बह गए, खास नदी के किनारे ते तट ते तीर्थ ते बह गए, नहीं कर्म रूप विच ते पशु धोंदे ने पर सुरत रूप बहुत उच्चे ने, उच्चे नाल जुड़े ते उच्चे हो गए। इसलिए जात जन्म ना पुछी है सच कर लिहो बताए, सा जात सा पत है जिहे कर्म कमाए। हुण भगत भगत जग वज्जिया क्यों है, पत क्यों बनी है बई, जिहे कर्म कमाए। ते कर्मां विच की है पवित्रता, पवित्रता यह नहीं कि हाथ किन्नी वारी धोते है, हाथ ते मरू मरे हुए पशुआं दे खून नाल ही लिबड़े सी, पर कमाई बड़ी निर्मल है साध संगत, कमाई बड़ी निर्मल है। इसलिए ज्यों कर मैले चीथड़े हीरा लाल अमोल प्लेटा, तुहाडे चरणां च बेनती है साध संगत जी। बहुत सारे लोग वो भी ने जड़े जान बुझ के नीवा बनना चाहते हैं, उन्होंने भी बेनती है भी भाई ये वंडियां ना पाओ, ये विथा ना पाओ, ये बहुत घनौनियां हैं। इदा नहीं बाबा रविदास जी के वारस बनया जाना भी असी जान बुझ के कही भी नहीं असी तो वक्रे ही, असी तो नीवे ही हाँ। जिथे वो विराजमान ने ना उतों उन्होंने वेखन का यतन करिए, साजिशां का शिकार हो रहा ये देश अज, और जिन्नियां वंडियां ज़्यादा होनगियां उन्नियां ही वो लोग रोटियां सेकण वाले जिहड़े आ सानू मूर्ख बनाउणगे। जातिवाद का एक कोड़ सानू कढ़ना पएगा जिहड़ा गुरु साहब जी ने कढ़ के दिखाया, तो ये सारे महापुरखां नू इत्थे विराजमान किया, असी उन्हां दा अदब सन्मान करके सिर झुकांदे आ, असी सेध लैनी साध संगत। ये छोटी गल नहीं है भी जिहड़े जिन हर जपिया से हर होए, तां करके भगत भगत जग वज्जिया ना, रब ही हो गए जिन सेविया जिन सेविया, जिन्हां ना विसरै नाउ से कनेहे आ भेद ना जाणो मूल, साईं जिहा किदां दे ने जी, उह रब वर्गे ने। रब किदां दा है सत, रब किदां दा है निरवैर, रब किवें दा निरभउ, इस वास्ते उह ना सिस्टम तो डरदे ने, ना उन्हां दा किसे नाल वैर है। वह तां करके ज्यों कर मैले चीथड़े, वह मैलियां विच वी निर्मल ने जी, अमोलक ने। गुरु साहब जी बख्शिश करन, असीं उन्हां दीआं कमाईआं नूं नमस्कार करदे सेध लै सकीए, अदब ते सन्मान उन्हां नूं हिरदे च प्रगट करिए। जिहड़े भिन्न भेद सतगुरु जी ने मिटा के उन्हां नूं सिंघासन ते विराजमान किया, वो अमल असीं अपने जीवन च लिया सकीए। वाहिगुरु तुहाडा आया सफल करन, भुल्लां बख्श दे, असीस दिओ। अज श्री अखंड पाठ साहिब जी का भोग भी पएगा सन्मानयोग बाबा रविदास जी के आगमन की खुशी दे विच। सो आप जी ने जिथे जिथे भी जरूर खुशियां लैन का यतन करना जी, सब प्यार विच बख्शिश करो, आखो वाहिगुरु जी का खालसा वाहिगुरु जी की फतेह।